नमस्कार, हलचल में आपका स्वागत है। सबसे पहले नजर डालते हैं अपने शहर और आसपास की हलचल पर। फिलौर नवाशहर मार्ग पर गांव लसाड़ा के नजदीक टिप्पर और इनोवा कार में हुई भीषण टक्कर, एक की हालत गंभीर, छह घायल। होशियारपुर पुलिस ने ज्वेलरी शॉप में हुई चोरी को 12 घंटों में सुलझाया, तीन आरोपियों को किया गिरफ्तार। फिरोजपुर पुलिस ने लूटपाट करने वाले तीन आरोपियों को किया काबू, 19 मोबाइल फोन किए बरामद। और अब हलचल विस्तार से। फिलौर नवाशहर मार्ग पर गांव लसाड़ा के नजदीक एक टिप्पर और इनोवा कार में भीषण टक्कर हो गई, जिस कारण इनोवा कार सवार 7 व्यक्ति घायल हो गए, जिन्हें राहगीरों की मदद से सिविल अस्पताल फिलौर में उपचार हेतु भर्ती करवाया गया, जिनमें से एक व्यक्ति विजय मान की हालत नाजुक होने के कारण उसे लुधियाना के DMC अस्पताल में रेफर कर दिया गया है, जबकि घायलों में प्रदीप, नितिन, गुरजीत, नरेश, दविंदर पाल और तेजपाल को सिविल अस्पताल फिलौर में दाखिल करवाया गया है। इस मौके पर थाना प्रभारी फिलौर सुखदेव सिंह, पुलिस पार्टी सहित मौके पर पहुंच गए और टिप्पर को कब्जे में लेकर आगे की कार्रवाई शुरू कर दी। मिली जानकारी के मुताबिक सभी गायक कलाकार हैं जो प्रोग्राम पेश करने के लिए जा रहे थे। ਹਾਂਜੀ, ਅਸੀਂ ਪ੍ਰੋਗਰਾਮ ਵੀ ਜਾ ਰਹੇ ਸੀ ਨੰਬਰ 6। ਠੀਕ ਹੈ ਜੀ। ਮੁਰੇ ਟਿੱਪਾ ਰਹਿਣਾ ਬ੍ਰੇਕ ਮਾਰ ਕੇ। ਠੀਕ ਹੈ ਜੀ। ਕੱਟ ਮਾਰ ਕੇ ਮੁਰੇ ਬ੍ਰੇਕ ਮਾਰ। ਹਾਂਜੀ। ਗੱਡੀ ਸਾਡੀ ਦੇ ਵਿੱਚ ਕਿਹੜੀ ਗੱਡੀ ਸੀ, ਕਿੰਨੇ ਜਣੇ ਸੀਗੇ? ਇਨੋਵਾ ਗੱਡੀ ਸੀ, 9 ਜਣੇ ਸੀਗੇ। ਇਨੋਵਾ ਗੱਡੀ ਤੇ 9 ਜਣੇ ਹਨਾ? ਹਾਂਜੀ। ਤੇ ਕਿੱਥੇ ਹੋਇਆ, ਕਿੱਥੇ ਇਹ? ਇਹ ਲਸਾੜੇ ਕੋਲ। ਲਸਾੜੇ, ਠੀਕ ਹੈ। ਤੇ ਕਿੱਦਾਂ ਦੇ ਹਾਲਾਤ ਬਾਕੀਆਂ ਦੇ? ਮੈਂ ਦੀਪਕ ਰਸੂਲਪੁਰੀ, ਪ੍ਰਧਾਨ ਅੰਬੇਡਕਰ ਸੈਨਾ ਤਹਿਸੀਲ ਫਲੌਰ ਤੋਂ। ਅੱਜ ਸਾਡੇ ਨਾਲ ਦੇ ਪਿੰਡ ਗੜ੍ਹੇ ਤੋਂ ਮਿਊਜ਼ੀਕਲ ਗਰੁੱਪ ਆ, ਵਿਜੇ ਮਾਨ ਮਿਊਜ਼ੀਕਲ ਗਰੁੱਪ, ਉਹ ਆਪਣਾ ਪ੍ਰੋਗਰਾਮ ਚੱਕਦਾਨੇ ਵਿਖੇ ਜਿਹੜਾ ਲਗਾਉਣ ਕਿਤੇ ਧਾਰਮਿਕ ਸਥਾਨ 'ਤੇ ਜਾ ਰਿਹਾ ਸੀ। ਸੋ ਉਹਨਾਂ ਦਾ ਪਿੰਡ ਸੇਲਕੀਆਂ ਨੇ ਨੇੜੇ ਜਿਹੜਾ ਸਤਸੰਗ ਘਰ ਦੇ ਕੋਲ ਭਿਆਨਕ ਜਿਹੜਾ ਐਕਸੀਡੈਂਟ, ਇੱਕ ਤੇਜ਼ ਧਾਰ ਜਿਹੜਾ ਟਿੱਪਰ ਆ, ਰੇਤ ਨਾਲ ਭਰਿਆ ਹੋਇਆ ਟਿੱਪਰ ਜਿਹੜਾ ਰੇਤ ਲੈਣ ਜਾ ਰਿਹਾ ਸੀ, ਉਹਨੇ ਕੱਟ ਮਾਰ ਕੇ ਜਿਹੜਾ ਬਿਨਾਂ ਕਿਸੇ ਇੰਡੀਕੇਟਰ ਤੋਂ ਜਿਹੜਾ ਇਹਨੂੰ ਸਾਈਡ ਮਾਰ ਦਿੱਤੀ। ਸਾਈਡ ਲੱਗਣ ਦੇ ਕਾਰਨ ਜਿਹੜੇ ਇਹਨਾਂ ਦੀ ਗੱਡੀ ਇਨਬੈਲੈਂਸ ਹੋ ਕੇ ਬਹੁਤ ਗੰਭੀਰ ਜਿਹੜਾ ਇਹ ਸੱਟਾਂ ਜਿਹੜੀਆਂ ਸਾਰੇ ਜਿਹੜੇ ਉਹਨਾਂ ਦੇ ਸਾਜੀ ਸਾਹਿਬਾਨ ਉਹਨਾਂ ਦੇ ਲੱਗੀਆਂ। ਸੋ ਵਿਜੇ ਮਨ ਬਹੁਤ ਜ਼ਿਆਦਾ ਸੱਟ ਲੱਗਣ ਹੋਣ ਕਾਰਨ ਉਹਨਾਂ ਨੂੰ ਜਿਹੜਾ ਦਯਾਨੰਦ ਜਿਹੜੇ ਇਲਾਜ ਵਿਖੇ ਜਿਹੜਾ ਰੈਫਰ ਕਰ ਦਿੱਤਾ ਗਿਆ। ਸੋ ਬਾਕੀ ਜਿਹੜੇ ਕਈਆਂ ਦੀ ਜਿਹੜੀਆਂ ਹੱਡੀਆਂ ਦੇ ਫ੍ਰੈਕਚਰ ਹੋ ਗਏ। ਸੁਣ ਜੇ ਜਾਣਕਾਰੀ ਇਹ ਵੀ ਪਤਾ ਲੱਗੇ, ਉੱਥੇ ਨਾਕਾ ਵੀ ਲੱਗਾ ਹੋਇਆ ਸੀ ਜੀ? ਇੱਥੇ ਸਾਡੇ ਕੋਰੀਅਰ ਬੁਆਏ 2 ਮੁੰਡੇ ਸੀਗੇ, ਉਹ ਆਏ ਅਤੇ ਰਾਹਗੀਰਾਂ ਦੇ ਦੱਸਣ ਦੇ ਮੁਤਾਬਕ ਉੱਥੇ ਜਿਹੜਾ ਇੱਕ ਨਾਕਾ ਲੱਗਿਆ ਹੋਇਆ ਸੀ, ਜਿਹੜਾ ਨਾਕਾ ਜਦੋਂ ਐਕਸੀਡੈਂਟ ਹੋਇਆ, ਉਹਨਾਂ ਰਾਹਗੀਰਾਂ ਦੇ ਦੱਸਣ ਦੇ ਮੁਤਾਬਕ ਜਿਹੜਾ ਨਾਕੇ ਵਾਲੀ ਜਿਹੜੀ ਮੌਜੂਦਾ ਪੁਲਿਸ ਉੱਥੇ ਨਾਕਾ ਛੱਡ ਕੇ ਜਿਹੜਾ ਫਰਾਰ ਹੋ ਗਈ, ਉਹ ਆਪਣੇ ਗੱਡੀਆਂ 'ਚ ਬਹਿ ਕੇ ਚੱਲ ਗਈ। ਉਹਨੂੰ ਆਪਣਾ ਨੈਤਿਕ ਫਰਜ਼ ਸਮਝਦਿਆਂ ਇਹਨਾਂ ਨੂੰ ਚੱਕਣ ਦੀ ਕੋਸ਼ਿਸ਼ ਨਹੀਂ ਕੀਤੀ, ਇਹਨਾਂ ਨੂੰ ਗੱਡੀ 'ਚੋਂ ਕੱਢਣ ਦੀ ਕੋਸ਼ਿਸ਼ ਨਹੀਂ ਕੀਤੀ। ਸਿਵਲ ਹਸਪਤਾਲ ਫਲੌਰ ਜਾਂ ਨੈੜ ਦੇ ਕਿਤੇ ਹੋਸਪਿਟਲ ਵਿੱਚ ਲਿਜਾਣਾ ਉਹਨਾਂ ਨੂੰ ਚਾਹੀਦਾ ਸੀ, ਪਰ ਉਹਨਾਂ ਦੀ ਬੜੀ ਵੱਡੀ ਕੁਤਾਹੀ ਆ। ਮੈਂ ਮਾਨਯੋਗ SSP ਸਾਹਿਬ ਜ਼ਿਲ੍ਹਾ ਜਲੰਧਰ ਦਿਹਾਤੀ 'ਚੋਂ ਇਹਦੀ ਪੁਰਜ਼ੋਰ ਮੰਗ ਕਰਦਾ ਕਿ ਬਰੀਕੀ ਨਾਲ ਇਹਦੀ ਜਾਂਚ ਕਰਕੇ, ਜੇਕਰ ਉੱਥੇ ਮੁਲਾਜ਼ਮ ਐਕਸੀਡੈਂਟ ਦੇ ਦੌਰਾਨ ਕੋਈ ਗੈਰ ਕਾਨੂੰਨੀ ਨਾਕਾ ਲਾ ਕੇ ਖੜ੍ਹੇ ਸੀ, ਜਿਹੜੇ ਰਾਹਗੀਰਾਂ ਦੇ ਚਲਾਨ ਕੱਟ ਕੇ ਜਿਹੜੀਆਂ ਆਪਣੀਆਂ ਜੇਬਾਂ ਗਰਮ ਕਰਦੇ ਆ,
ਉਹਨਾਂ ਦੇ ਖਿਲਾਫ ਸਖਤ ਜਿਹੜਾ ਐਕਸ਼ਨ ਲਿਆ ਜਾਵੇ। ਸੋ ਫਲੋਰ ਪੁਲਿਸ ਨੂੰ ਵੀ ਮੈਂ ਬੇਨਤੀ ਕਰਦਾ ਕਿ 2 ਘੰਟੇ ਤੋਂ ਮੈਨੂੰ ਵੀ ਇੱਥੇ ਸਿਵਲ ਹਸਪਤਾਲ ਫਲੋਰ ਜਿਹੜੇ ਐਕਸੀਡੈਂਟਾਂ ਦਾ, ਮੈਂ ਜਿਹੜਾ ਮੇਰੇ ਪਿੰਡ ਤੋਂ ਮੁੰਡਾ ਪ੍ਰੇਮ ਮਨ ਸਿੰਘਰ ਆ ਉਹਦੇ ਵੀ ਸੱਟ ਲੱਗੀ ਆ, ਉਹਨਾਂ ਦਾ ਹਾਲ ਜਾਣਨ ਆਇਆ। ਪਰ 2 ਘੰਟੇ ਤੋਂ ਹਾਲੇ ਤੱਕ ਫਲੋਰ ਪੁਲਿਸ ਦਾ ਕੋਈ ਵੀ ਮੁਲਾਜ਼ਮ ਸਿਵਲ ਹਸਪਤਾਲ ਫਲੋਰ ਨਹੀਂ ਪਹੁੰਚਿਆ। ਸੋ ਮੈਂ ਸਰਕਾਰ ਵੀ ਜਾਣਕਾਰੀ ਪਤਾ ਲੱਗੀ, ਜਿਹੜਾ ਪ੍ਰੇਮ ਮਾਨ ਹੈ ਮੁੰਡੇ, ਉਹਨੇ ਹੀ ਇਹ ਸਾਰੇ ਬੰਦੇ ਬਾਹਰ ਕੱਢੇ ਜ਼ਖਮੀਆਂ ਨੂੰ। ਪ੍ਰੇਮ ਮਾਨ ਦੇ ਇੱਥੇ ਮੁੰਡੇ 'ਤੇ ਬਹੁਤ ਜ਼ਿਆਦਾ ਸੱਟ ਲੱਗੀ ਸੀ, ਜਿਹੜਾ ਉਹ ਸਾਰੇ ਜਿਹੜੇ ਇੰਨੇ ਗੰਭੀਰ ਸੱਟਾਂ ਨਾਲ ਜਿਹੜਾ ਤੜਫ ਰਹੇ ਸੀ। ਸੋ ਪ੍ਰੇਮ ਮਾਨ ਦੀ ਬਹਾਦਰੀ ਆ ਕਿ ਉਹਨੇ ਜਿਹੜਾ ਤਾਕੀ ਖੋਲ੍ਹ ਕੇ ਸਾਰੇ ਜਿਹੜੇ ਜ਼ਖਮੀਆਂ ਨੂੰ ਉਹ ਗੱਡੀ 'ਚੋਂ ਬਾਹਰ ਕੱਢਿਆ, ਉੱਥੇ ਹੈਲਪ ਮੰਗੀ, ਲੋਕਾਂ ਨੂੰ ਟੈਲੀਫੋਨ ਕੀਤੇ। ਸੋ ਜਿੱਦਾਂ ਵੀ ਕਿਸੇ ਰਾਹਗੀਰ ਨੇ ਕਿਸੇ ਨੇ ਵਿਜੇ ਮਾਨ ਜੀ ਨੂੰ ਪਹਿਲਾਂ ਪਹੁੰਚਾ ਦਿੱਤਾ। ਵਿਜੇ ਮਾਨ ਦੇ ਕੀ ਹਾਲਾਤ, ਕਿੱਥੇ ਭੇਜਿਆ ਉਹਨਾਂ ਨੂੰ? ਵਿਜੇ ਮਾਨ ਨੂੰ ਦਯਾਨੰਦ, ਜਿਹੜਾ ਉਹਨਾਂ ਦੇ ਸਿਰ ਦੇ ਵਿੱਚ ਗੰਭੀਰ ਸੱਟਾਂ ਲੱਗਣ ਕਾਰਨ ਉਹਨਾਂ ਨੂੰ ਜਿਹੜਾ ਦਯਾਨੰਦ ਰੈਫਰ ਕਰ ਦਿੱਤਾ ਗਿਆ। ਸੋ ਐਂਬੂਲੈਂਸ ਜਿਹੜੀ 108 ਰਾਹੀਂ ਜਿਹੜੇ ਬਾਕੀ ਜ਼ਖਮੀ ਆ ਉਹਨਾਂ ਨੂੰ ਜ਼ੇਰੇ ਇਲਾਜ ਸਿਵਲ ਹਸਪਤਾਲ ਲਿਆਂਦਾ ਗਿਆ, ਜੋ ਕਿ ਜ਼ੇਰੇ ਇਲਾਜ ਹਨ। ਹਾਂਜੀ, ਇੱਕ ਆਇਆ ਸੀ ਰੋਡ ਸਾਈਡ ਐਕਸੀਡੈਂਟ, ਤਕਰੀਬਨ 7 ਮਰੀਜ਼ ਸੀ। ਹਾਂਜੀ, ਕਿੱਦਾਂ ਦੇ ਹਾਲਾਤ ਉਹਨਾਂ ਦੇ? ਇੱਕ ਪੇਸ਼ੈਂਟ ਉਹਨਾਂ ਵਿੱਚੋਂ ਕਾਫੀ ਸੀਰੀਅਸ ਸੀ, ਜੋ ਕਿ ਸਾਨੂੰ ਰੈਫਰ ਕਰਨਾ ਪਿਆ। ਹਾਂਜੀ, ਬਾਕੀ ਪੇਸ਼ੈਂਟਾਂ ਦੇ ਵੀ ਕਾਫੀ ਸਫਾਈ ਹੋਈ ਹੈ, ਅਤੇ ਜਿਹਨਾਂ ਵਿੱਚੋਂ ਕਈ ਦਾ ਫ੍ਰੈਕਚਰ ਵੀ ਹੈਗੇ, ਉਹ ਅੰਡਰ ਟ੍ਰੀਟਮੈਂਟ ਚੱਲ ਰਹੇ ਨੇ। ਓਕੇ ਓਕੇ। ਇੱਕ ਟਿੱਪਰ ਜੋ ਖਾਲੀ ਫਲੋਰ ਤੋਂ ਨਵਾਂਸ਼ਹਿਰ ਰਾਮੂ ਸਾਈਡ ਨੂੰ ਜਾ ਰਿਹਾ ਸੀ, ਜਿਸ ਨੇ ਅਚਾਨਕ ਆਪਣੇ ਰਾਈਟ ਸਾਈਡ 'ਤੇ ਕੱਟ ਮਾਰਿਆ, ਤਾਂ ਉਸਦੇ ਪਿੱਛੇ ਪਿੱਛੇ ਆ ਰਹੀ ਇੱਕ ਇਨੋਵਾ ਗੱਡੀ ਉਸ ਨਾਲ ਟਕਰਾ ਗਈ, ਜਿਸ ਕਾਰਨ ਜੋ ਬਹੁਤ ਜ਼ਬਰਦਸਤ ਐਕਸੀਡੈਂਟ ਹੋਇਆ, ਜਿਸ ਵਿੱਚ ਇਨੋਵਾ ਸਵਾਰ 7 ਵਿਅਕਤੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹੋਸਪਿਟਲ ਭੇਜਿਆ ਗਿਆ, ਜੋ ਇੱਕ ਦੀ ਵਿੱਚ ਹਾਲਤ ਜ਼ਿਆਦਾ ਸੀਰੀਅਸ ਆ, ਜਿਸ ਨੂੰ DMC ਭੇਜਿਆ ਗਿਆ। ਜੋ ਟਰੱਕ ਟਿੱਪਰ ਨੰਬਰ PB11BU4645 ਅਤੇ ਜੋ ਇਨੋਵਾ ਗੱਡੀ ਹੈ PB08DA8516, ਜਿਸ ਵਿੱਚ 7 ਵਿਅਕਤੀ ਸਵਾਰ ਸੀ, ਜੋ ਡਰਾਈਵਰ ਮੌਕੇ ਤੋਂ ਭੱਜ ਗਿਆ, ਜਿਸ ਦੀ ਆਈਡੈਂਟੀਫਿਕੇਸ਼ਨ ਹੋਈ ਆ ਬੇਅੰਤ ਸਿੰਘ ਸਾਨੋ ਕੁਲਵੀਰ ਸਿੰਘ, ਵਾਸੀ ਨੰਗਲ ਪੂਨੀਆ, ਮਜੀਠਾ ਰੋਡ, ਜ਼ਿਲ੍ਹਾ ਅੰਮ੍ਰਿਤਸਰ, ਜਿਸ ਦੇ ਪਿੱਛੇ ਪੁਲਿਸ ਪਾਰਟੀ ਭੇਜੀ ਗਈ ਆ, ਉਸਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ, ਅਤੇ ਜੋ ਜ਼ਖਮੀ ਵਿਅਕਤੀ ਨੇ ਉਹਨਾਂ ਦੀ ਸਟੇਟਮੈਂਟ ਰਿਕਾਰਡ ਕਰਕੇ ਕਾਨੂੰਨੀ ਕਾਰਵਾਈ ਕਰਦੇ ਹੋਏ FIR ਦਰਜ ਕੀਤੀ ਜਾਵੇਗੀ। ਜਿਹੜਾ ਟਿੱਪਰ ਹੈ ਉਹ ਕਬਜ਼ੇ 'ਚ ਲੈ ਲਿਆ? ਟਿੱਪਰ 'ਤੇ ਕਬਜ਼ੇ ਵਿੱਚ ਲੈ ਲਿਆ ਗਿਆ, ਗੱਡੀ ਦੀ ਸੰਭਾਲ ਕਰ ਲਈ ਗਈ ਹੈ। ਠੀਕ ਹੈ। ਹੁਸ਼ਿਆਰਪੁਰ ਪੁਲਿਸ ਕੋ ਉਸ ਸਮੇਂ ਬੜੀ ਸਫਲਤਾ ਮਿਲੀ ਜਬ ਗਤ ਦਿਵਸ ਹੁਸ਼ਿਆਰਪੁਰ ਮੇ ਇੱਕ ਜਵੈਲਰੀ ਸ਼ਾਪ ਪਰ ਸੁਬਹੇ ਕਰੀਬ 9 ਵਜੇ ਡਾਕਾ ਪੜਾ, ਔਰ ਹੁਸ਼ਿਆਰਪੁਰ ਪੁਲਿਸ ਨੇ ਕੇਵਲ 12 ਘੰਟੋ ਮੇ ਹੀ ਚੋਰੋ ਕੋ ਪਕੜਨੇ ਮੇ ਬੜੀ ਸਫਲਤਾ ਹਾਸਿਲ ਕੀ। ਇਸ ਬਾਰੇ ਮੇ ਜਾਣਕਾਰੀ ਦਿੱਤੀ ਹੋਈ ਹੁਸ਼ਿਆਰਪੁਰ ਕੇ SP ਸੁਰਿੰਦਰ ਲੰਬਾ ਨੇ ਬਤਾਇਆ ਕਿ ਗਤ ਦਿਵਸ ਹੁਸ਼ਿਆਰਪੁਰ ਕੇ ਸਰਾਫਾ ਬਾਜ਼ਾਰ ਮੇ ਇੱਕ ਜਵੈਲਰੀ ਸ਼ਾਪ ਪਰ ਕੁਛ ਅਗਿਆਤ ਲੋਗੋ ਦੁਆਰਾ ਚੋਰੀ ਕਰ 23 ਲੱਖ ਰੁਪਏ ਕੈਸ਼, 1 ਕਿਲੋ ਸੋਨਾ ਔਰ 7 ਕਿਲੋ ਚਾਂਦੀ ਲੇਕਰ ਫਰਾਰ ਹੋ ਗਏ ਥੇ, ਜਿਸਕੇ ਚਲਤੇ ਪੁਲਿਸ ਨੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦੀ ਥੀ। ਔਰ ਪੁਲਿਸ ਨੇ ਜਬ ਗਹਿਨਤਾ ਸੇ ਜਾਂਚ ਕੀ ਤੋ ਪਤਾ ਚਲਾ ਕਿ ਦੁਕਾਨ ਕਾ ਮਾਲਿਕ ਛੁੱਟੀਆਂ ਬਤਾਨੇ ਕਹੀਂ ਬਾਹਰ ਗਿਆ ਹੁਆ ਥਾ, ਵੋ ਉਸੀ ਕੀ ਦੁਕਾਨ ਕਰਨੇ ਵਾਲੇ ਕਾਰਿੰਦੇ ਨੇ ਹੀ ਇਹ ਸਾਰੀ ਘਟਨਾ ਕੋ ਆਪਣੇ ਔਰ 2 ਸਾਥੀਓਂ ਕੇ ਸਾਥ ਅੰਜਾਮ ਦਿਆ। ਫਿਲਹਾਲ ਪੁਲਿਸ ਦੁਆਰਾ ਆਰੋਪੀਓਂ ਕੋ ਦੇਰ ਰਾਤ ਹਰਿਆਣਾ ਕੇ ਕਰਨਾਲ ਸੇ ਟਰੈਪ ਲਗਾ ਕਰ ਗ੍ਰਿਫਤਾਰ ਕਰ ਲਿਆ ਗਿਆ, ਔਰ ਉਨਕੇ ਪਾਸ ਸੇ 23 ਲੱਖ ਰੁਪਏ ਕੈਸ਼, 800 ਗ੍ਰਾਮ ਸੋਨਾ ਔਰ 7 ਕਿਲੋ ਚਾਂਦੀ ਬਰਾਮਦ ਕਰ ਆਰੋਪੀਓਂ ਕੋ ਅਦਾਲਤ ਮੇਂ ਪੇਸ਼ ਕਰ ਅਗਲੀ ਕਾਰਵਾਈ ਸ਼ੁਰੂ ਕਰ ਦੀ ਗਈ ਹੈ। ਹੁਸ਼ਿਆਰਪੁਰ ਸੇ ਹਲਚਲ ਕੇ ਲਈ ਅੰਕੁਸ਼ ਗੋਇਲ ਕੀ ਰਿਪੋਰਟ। ਕੱਲ੍ਹ ਬੜਾ ਇੱਕ ਸੰਸੇਸ਼ਨਲ ਕੇਸ ਹੋਇਆ, ਜਿਹਦੇ ਵਿੱਚ ਹੁਸ਼ਿਆਰਪੁਰ ਸਰਾਵਾ ਮਾਰਕੀਟ 'ਚੋਂ
ਇੱਕ ਗੋਲਡਸਮਿਥ ਦੀ ਸ਼ੋਪ 'ਤੇ ਸਰਾਫਾ ਮਾਰਕੀਟ 'ਚ ਇੱਕ ਰੋਬਰੀ ਹੋਈ, ਜਿਹਦੇ ਵਿੱਚ ਪ੍ਰਾਇਮਰਲੀ ਦੱਸਿਆ ਗਿਆ ਕਿ ਦੋ ਲੋਕ ਆਏ ਅਤੇ ਜਿਨ੍ਹਾਂ ਨੇ ਗੋਲਡਸਮਿਥ ਦੇ ਇੰਪਲੋਈ ਨੂੰ ਬੰਨ ਕੇ, ਉਹਦਾ ਮੂੰਹ ਬੰਨ ਕੇ, ਹੱਥ ਬੰਨ ਕੇ, ਅਤੇ ਉੱਥੋਂ ਲਗਭਗ 1 ਕਿਲੋ ਸੋਨਾ, 3 ਕਿਲੋ ਚਾਂਦੀ ਅਤੇ ਲਗਭਗ 3 ਲੱਖ ਰੁਪਏ ਜਿਹੜੇ ਹੈਗੇ ਉਹ ਲੁੱਟ ਕੇ ਲੈ ਗਏ। ਇਮੀਡੀਏਟਲੀ ਸਾਡੀ ਟੀਮ DSP ਸਿਟੀ, SP ਡੀ ਇੰਚਾਰਜ, CIA, SHO ਸਿਟੀ ਅਤੇ ਸਾਰਿਆਂ ਨੇ ਰਿਸਪੋਂਡ ਕੀਤਾ। ਇਮੀਡੀਏਟਲੀ ਪਹੁੰਚੇ, ਸਾਰੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ, ਮੈਂ ਵੀ ਸਪੋਟ ਵਿਜ਼ਿਟ ਕੀਤਾ ਅਤੇ ਵਿਦਇਨ 12 ਆਵਰਸ ਅਸੀਂ ਜਿਹੜਾ ਹੈਗਾ ਇਸ ਕੇਸ ਨੂੰ ਕਰੈਕ ਕਰ ਸਕੇ, ਅਤੇ ਕਰੈਕ ਕਰਨ ਤੋਂ ਬਾਅਦ ਜਿਹੜਾ ਹੈਗਾ ਜਿਹੜੇ ਐਕਚੁਅਲ ਦੋਸ਼ੀ ਇਸ 'ਤੇ ਇਨਵੋਲਵ ਸੀਗੇ ਉਹਨਾਂ ਨੂੰ ਵਿਦਇਨ 24 ਆਵਰਸ ਅਸੀਂ ਅਰੈਸਟ ਕੀਤਾ। ਅਤੇ ਅਰੈਸਟ ਕਰਨ ਤੋਂ ਬਾਅਦ ਜਿਹੜੀ ਗੱਲ ਸਾਹਮਣੇ ਆਈ ਉਹ ਗੱਲ ਸਾਹਮਣੇ ਆਈ ਕਿ ਜਿਹੜਾ ਗੋਲਡਸਮਿਥ ਦਾ ਇੰਪਲੋਈ ਸੀਗਾ ਇਹ, ਜਿਹਨੇ ਸਾਰਾ ਜਿਹੜਾ ਦੱਸਿਆ ਸੀਗਾ ਕਿ ਮੇਰੇ ਹੱਥ ਤੋਂ ਬੰਨ ਕੇ ਅਤੇ ਮੇਰੇ ਤੋਂ ਲੂਟ ਲੈ ਗਏ, ਉਹ ਹੀ ਵਾਜ਼ ਪਾਰਟ ਆਫ ਦੀ ਕੋਂਸਪਰੇਸੀ। ਅਤੇ ਉਹਦੇ ਜਿਹੜਾ ਹੈਗਾ ਦੋ ਹੋਰ ਸਾਥੀਆਂ ਦੇ ਨਾਲ ਮਿਲ ਕੇ ਆਹ ਸਾਰਾ ਰੋਬਰੀ ਦਾ ਪੂਰੀ ਟਾਣੀ ਰਚੀ ਅਤੇ ਆਪਣੇ ਸਾਥੀਆਂ ਨਾਲ ਮਿਲ ਕੇ ਇਹਨੇ ਸਾਰੀ ਲੂਟ ਨੂੰ ਅੰਜਾਮ ਦਿਲਾਇਆ। ਇਹਦੇ ਸਾਥੀਆਂ ਨੂੰ ਸਾਡੀ ਟੀਮ ਨੇ ਕਰਨਾਲ ਤੋਂ ਜਾ ਕੇ ਅਰੈਸਟ ਕੀਤਾ ਲੇਟ ਨਾਈਟ, ਅਤੇ ਇਹਨੂੰ ਦੋਸ਼ੀ ਹੁਣ ਸਾਡੀ ਹਿਰਾਸਤ 'ਚ ਹੈਗੇ, ਜਿਹਦੇ ਵਿੱਚ ਗੋਲਡਸਮਿਥ ਦਾ ਇੰਪਲੋਈ ਯੋਗੇਸ਼ ਯਾਦਵ, ਉਸ ਤੋਂ ਇਲਾਵਾ ਉਹਦੇ ਜਿਹੜੇ ਦੋ ਸਾਥੀ ਸੀਗੇ ਇੱਕ ਕ੍ਰਿਸ਼ਨਾ ਕਪੂਰ ਅਤੇ ਸੰਦੀਪ ਕਪੂਰ, ਕ੍ਰਿਸ਼ਨਾ ਕਪੂਰ ਅਤੇ ਸੰਦੀਪ ਕਪੂਰ ਦੋਨੋਂ ਫਾਦਰ ਐਂਡ ਸਨ ਹੈ, ਅਤੇ ਇਹਨਾਂ ਨੇ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ। ਸਾਡੀ ਟੀਮ ਨੇ ਉੱਥੇ ਦੋਨੋਂ ਦੋਸ਼ੀ ਕਾਬੂ ਕੀਤੇ ਕਰਨਾਲ ਜਾ ਕੇ, ਅਤੇ ਪਲੱਸ ਉਸ ਤੋਂ ਮੌਕੇ ਤੋਂ 800 ਗ੍ਰਾਮ ਗੋਲਡ ਰਿਕਵਰ ਕੀਤਾ ਗਿਆ, 2.5 ਕਿਲੋ ਸਿਲਵਰ ਰਿਕਵਰ ਕੀਤੀ ਗਈ, ਅਤੇ ਉਸ ਤੋਂ ਇਲਾਵਾ 22,50,000 ਰੁਪਏ ਰਿਕਵਰ ਸਾਡੀ ਟੀਮ ਵੱਲੋਂ ਕੀਤੇ ਗਏ ਹੈਗੇ। ਇਸ ਕਰਕੇ ਇਸ ਕੇਸ 'ਚ ਜਿੰਨੀ ਵਾਰਦਾਤ 'ਚ ਲੂਟ ਹੋਈ ਸੀਗੀ ਉਹ ਸਾਰੀ ਦੀ ਸਾਰੀ ਐਜ਼ ਇਟ ਇਜ਼ ਰਿਕਵਰ ਕਰ ਲਿੱਤੀ ਗਈ ਹੈ। ਫਿਰੋਜ਼ਪੁਰ ਮੇਂ ਲੂਟਪਾਟ ਕੀ ਵਾਰਦਾਤੇ ਰੁਕਨੇ ਕਾ ਨਾਮ ਹੀ ਨਹੀਂ ਲੇ ਰਹੀ। ਆਏ ਦਿਨ ਕਿਸੇ ਕਾ ਮੋਬਾਈਲ ਔਰ ਕਿਸੇ ਕਾ ਬਾਈਕ ਚੋਰੀ ਕਰ ਲਿਆ ਜਾਤਾ ਹੈ, ਤੋ ਵਹੀਂ ਪੁਲਿਸ ਕੀ ਤਰਫ ਸੇ ਰੋਕਨੇ ਕੀ ਲਾਖ ਕੋਸ਼ਿਸ਼ ਕੀ ਜਾ ਰਹੀ ਹੈ ਔਰ ਚੋਰੋਂ ਕੋ ਪਕੜਾ ਵੀ ਜਾ ਰਹਾ ਹੈ, ਜਿਸਕੇ ਚਲਤੇ ਫਿਰੋਜ਼ਪੁਰ ਪੁਲਿਸ ਨੇ ਲੂਟਪਾਟ ਕਰਨੇ ਵਾਲੀ ਗਿਰੋਹ ਕੀ 3 ਸਦੱਸਿਓਂ ਕੋ ਕਾਬੂ ਕਰਨੇ ਮੇਂ ਸਫਲਤਾ ਹਾਸਿਲ ਕੀ ਹੈ। ਵਹੀਂ SPD ਰਣਧੀਰ ਕੁਮਾਰ ਨੇ ਬਤਾਇਆ ਕਿ ਮੈਡਮ SSP ਸੋਮਿਆ ਮਿਸ਼ਰਾ ਕੀ ਅਗਵਾਈ ਮੇਂ ਬਣਾਈ ਗਈ ਬੁਰੇ ਤੱਤਵੋਂ ਕੇ ਖਿਲਾਫ ਟੀਮ ਲਗਾਤਾਰ ਚੋਰੀ ਕੀ ਵਾਰਦਾਤੋਂ ਨਸ਼ਾ ਤਸਕਰੋਂ ਪਰ ਕਾਬੂ ਪਾਉਣੇ ਕੇ ਲੀਏ ਕਾਮ ਕਰ ਰਹੀ ਹੈ, ਜਿਸਕੇ ਚਲਤੇ ਲੂਟਪਾਟ ਕਰਨੇ ਵਾਲੇ ਗਿਰੋਹ ਕੇ 3 ਸਦੱਸਿਓਂ ਕੋ ਕਾਬੂ ਕਰਨੇ ਮੇਂ ਸਫਲਤਾ ਹਾਸਿਲ ਕੀ ਗਈ ਹੈ। ਵੀ ਉਹਨਾਂ ਕਿਹਾ ਕਿ ਇਹ ਸਨੈਚਰ ਜਿਨਕੀ ਪਹਿਚਾਣ ਗੌਰਵ ਸ਼ਿਵਾ ਔਰ ਜਤਨ ਕੇ ਤੌਰ ਪਰ ਹੋਈ ਹੈ, ਇਨ੍ਹੇ ਗ੍ਰਿਫਤਾਰ ਕਰ ਇਨਕੇ ਪਾਸ ਸੇ 19 ਮੋਬਾਈਲ ਫੋਨ ਬਰਾਮਦ ਕੀਏ ਗਏ ਹੈ। ਵੀ ਉਹਨਾਂ ਨੇ ਕਿਹਾ ਕਿ ਪੁੱਛਤਾਛ ਕੇ ਦੌਰਾਨ ਅਭੀ ਔਰ ਕਈ ਅਹਿਮ ਖੁਲਾਸੇ ਹੋਣੇ ਕੀ ਸੰਭਾਵਨਾ ਹੈ। ਫਿਰੋਜ਼ਪੁਰ ਸੇ ਹਲਚਲ ਕੇ ਲੀਏ ਮਨਜੀਤ ਸਿੰਘ ਕੀ ਰਿਪੋਰਟ। ਮਾਨਯੋਗ SSP ਫਿਰੋਜ਼ਪੁਰ ਸੌਮਿਆ ਮਿਸਰਾ ਜੀ ਵੱਲੋਂ ਇੱਕ ਸਪੈਸ਼ਲ ਟੀਮ ਬਣਾਇਆ ਗਿਆ ਸੀ, DSP ਸਿਟੀ ਸ੍ਰੀ ਸੁਖਵਿੰਦਰ ਜੀ ਅਤੇ DSP ਡੀ ਸ੍ਰੀ ਬਲਕਾਰ ਜੀ ਦੇ ਰਹਿਨੁਮਾਈ ਹੇਠ। ਇਹ ਟੀਮ ਦੇ ਜਿਹੜੇ ਮੈਂਬਰ ਸਨ SHO ਕੈਂਟ ਰਵਿੰਦਰ ਜੀ, ਇਹਨਾਂ ਵੱਲੋਂ ਇੱਕ ਬਹੁਤ ਵੱਡੀ ਕਾਮਯਾਬੀ ਹਾਸਿਲ ਕੀਤੀ ਗਈ ਜਦ 19 ਮੋਬਾਈਲ ਫੋਨ ਜਿਹੜੇ ਸਨੈਚ ਜਾਂ ਖੋਹ ਕੀਤੇ ਗਏ ਸਨ ਉਹਨੂੰ ਰਿਕਵਰ ਕੀਤਾ ਗਿਆ। ਨਾਲ ਦੇ ਨਾਲ ਜਿਹੜੇ 3 ਆਰੋਪੀ ਸਨ, ਪਹਿਲਾ ਗੌਰਵ, ਦੂਜਾ ਸ਼ਿਵਾ ਅਤੇ ਤੀਜਾ ਜਤਿਨ ਉਰਫ ਗਾਂਡਾ, ਇਹ ਸਾਰੇ ਫਿਰੋਜ਼ਪੁਰ ਦੇ ਰਹਿਣ ਵਾਲੇ ਸਨ। ਇਹਨੂੰ ਗ੍ਰਿਫਤਾਰ ਕੀਤਾ ਗਿਆ ਅਤੇ 19 ਮੋਬਾਈਲ ਫੋਨ ਦੀ ਰਿਕਵਰੀ ਕੀਤੀ ਗਈ ਹੈ। ਇਹ ਜਿਹੜੇ ਮੋਬਾਈਲ ਫੋਨ ਹਨ ਇਹ ਸਮਾਰਟਫੋਨ ਵੀ ਹਨ, ਕੀਪੈਡ ਵਾਲੇ ਵੀ ਹਨ ਅਤੇ ਵੱਖ ਵੱਖ ਕੰਪਨੀਆਂ ਜਿਵੇਂ ਓਪੋ, ਸੈਮਸੰਗ ਦੇ ਹਨ। ਤਫਤੀਸ਼ ਇਹਦੀ ਜਾਰੀ ਹੈ, ਮੁਕੱਦਮਾ ਨੰਬਰ
63/24 थाना कैंट में दर्ज किया गया है। अजे होर भी रिकवरी होने की उम्मीद है। इन्हों का पुलिस रिमांड लेके पूछगिछ किया जा रहा है। जिहड़ी फरीदपुर पुलिस है अगे भी इसी प्रकार पूरे शहर के पूरे जिले में क्राइम मुक्त बनाने लिए काम करते रहूंगे। पहले मुकदमा दर्ज है कहीं ते जिहड़ा जतिन गौरव ते सिवा हैगा इन्हां पहला भी क्रिमिनल रिकॉर्ड है। इन्हां ते पहले भी चोरी दे परचे दर्ज हैं। मेरी पब्लिक तो आए बिनती है जे मोबाइल फोन किसी नूं लगता है कि उसका हैगा तो थाना कैंट SHO नाल संपर्क करके अपना मोबाइल फोन बाहुकुम कोर्ट सुपुर्दगी राही ले सकते हैं। धन्यवाद जी। फिरोजपुर में आपराधिक मामले दिन प्रतिदिन बढ़ते ही जा रहे हैं, जहां लगातार गोली चलने की खबरें सामने आ रही थी और अब एक व्यक्ति की लाश गांव कुंडे में संदिग्ध परिस्थितियों में मिली है। उसके पास एक मोटरसाइकिल भी गिरा हुआ पड़ा है। जब इस संबंध में पुलिस जांच अधिकारी से बात की गई तो उन्होंने बताया कि वे फिलहाल सभी एंगलों से मामले की जाँच कर रहे हैं। उन्होंने कहा कि आखिर ये घटना कैसे घटित हुई या किसी ने उक्त व्यक्ति को मारकर यहां फेंक दिया, इसके पीछे आखिर क्या दुश्मनी थी या फिर किसी ने लूट के इरादे से इसका कत्ल कर दिया, ये सभी जांच का विषय है। तो वहीं इस घटना से आसपास के इलाके में दहशत का माहौल देखने को मिल रहा है। फिरोजपुर से हलचल के लिए मंजीत सिंह की रिपोर्ट। की नाम तुम्हारा? सुखदेव सिंह, सरपंच है ग्राम पंचायत। सवेरे पता चलिया जी बंदे काम पे जा रहा है ਤੇ ਉਹ ਕਹਿ ਰਹੇ ਕਿ ਰਸਤੇ ਦੇ ਵਿੱਚ ਕਹਿੰਦੇ ਵੀ ਇੱਕ ਡੈਡ ਬੋਡੀ ਪਈ ਹੋਈ ਹੈ। ਤੇ ਮੈਂ ਫਿਰ ਜਸਪਾਲ ਜੀ ਨੂੰ ਫੋਨ ਕੀਤਾ, ASI ਸਾਹਿਬ ਥਾਣਾ ਸਦਰ ਜੀ। ਉਸ ਤੋਂ ਬਾਅਦ ਫਿਰ ਸਾਹਿਬ ਕਿਸ ਤਰ੍ਹਾਂ ਦੇ ਹਾਲਾਤ ਸੀਗੇ ਡੈਡ ਬੋਡੀ ਦੇ? ਹਾਲਾਤ ਜੀ ਕੋਈ ਪਹਿਚਾਣ ਦੇ ਵਿੱਚ ਨਹੀਂ, ਕਿਸੇ ਤਰ੍ਹਾਂ ਦਾ ਪਤਾ ਨਹੀਂ ਜੀ ਮਰਡਰ ਹੋਇਆ ਜਾਂ ਕੀ ਹੈ। ਅਜੇ ਤਾਂ ਉਹਨੂੰ ਆਪਣੇ ਸਾਹਿਬ ਵੈਰੀਫਿਕੇਸ਼ਨ ਕਰਨਗੇ, ਉਸ ਤੋਂ ਬਾਅਦ ਹੀ ਪਤਾ ਚੱਲੇਗਾ। ਮੋਟਰਸਾਈਕਲ ਵੀ ਨਾਲ ਪਿਆ ਸੀਗਾ? ਹਾਂਜੀ, ਮੋਟਰਸਾਈਕਲ ਵੀ ਨਾਲ ਹੀ ਸੀਗਾ। ਜਿਹੜੀ ਇਹ ਡੈਡ ਬੋਡੀ ਮਿਲੀ ਕਿਸ ਤਰ੍ਹਾਂ ਦੇ ਹਾਲਾਤਾਂ 'ਚ ਮਿਲੀ ਅਤੇ ਕੀ ਪਿਆ ਸੀ ਨਾਲ? ਸਾਡਾ ਸੁਬਾਹ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਵੀ ਆ ਸੈਨੀਵਾਲ ਦੇ ਕੁੰਡੇ ਦੇ ਵਿੱਚ ਕੋਈ ਡੈਡ ਬੋਡੀ ਪਈ ਆ। ਅਤੇ ਅਸੀਂ ਪਹੁੰਚੇ ਹਾਂ, ਫਿਲਹਾਲ ਅਜੇ ਕੋਈ ਇਹਦੀ ਸ਼ਨਾਖਤ ਨਹੀਂ ਹੋਈ, ਅਜੇ ਇਨਵੈਸਟੀਗੇਸ਼ਨ ਜਾਰੀ। ਦੇਖਦੇ ਹਾਂ ਤਾਂ ਮੌਤ ਦਾ ਕਾਰਨ ਕੀ ਆ, ਅਜੇ ਕੁਛ ਨਹੀਂ ਪ੍ਰਤੱਖ ਤੌਰ 'ਤੇ ਕੁਛ ਨਹੀਂ ਪਤਾ ਲੱਗ ਰਿਹਾ। ਕਿਸ ਤਰ੍ਹਾਂ ਦੇ ਉਹਦੇ ਨਿਸ਼ਾਨ ਨੇ? ਅਜੇ ਕੁਛ ਨਹੀਂ। ਕਿਸੇ ਤਰ੍ਹਾਂ ਦਾ ਮੋਟਰਸਾਈਕਲ ਨਾਲ ਕੀ ਸੀਗਾ? ਮੋਟਰਸਾਈਕਲ ਆ ਇਹਦੀ ਟੁੱਟੀ ਹੋਈ ਨੰਬਰ ਪਲੇਟ ਬਸ ਵੈਰੀਫਾਈ ਕਰ। ਕਿੰਨੀ ਕੁ ਉਮਰ ਦਾ ਲੱਗਦਾ ਹੈ? ਅਜੇ ਕੁਛ ਨਹੀਂ ਕਹਿ ਸਕਦਾ, 27-28 ਸਾਲ ਵੀ ਹੋ ਸਕਦਾ, ਜੋ ਕੁਛ ਵੀ। ਇਹ ਇਨਵੈਸਟੀਗੇਸ਼ਨ ਦਾ ਵਿਸ਼ਾ ਬਾਅਦ 'ਚ ਤੁਹਾਨੂੰ ਦੱਸ ਦਾਂਗੇ। ਪਲੀਜ਼ ਸੋਰੀ। ਠੀਕ। ਅੰਮ੍ਰਿਤਸਰ ਕੇ ਖੀ ਮੰਡੀ ਚੌਂਕ ਮੇ ਇੱਕ ਸ਼ਰਾਬ ਕੇ ਹਾਤੇ ਕੋਡਿੰਗ ਔਰ ਬੀੜੀ ਸਿਗਰੇਟ ਵਾ ਇੱਕ ਨਾਈ ਕੀ ਦੁਕਾਨ ਪਰ ਨਿਹੰਗ ਸਿੰਘ ਜਥੇਬੰਦੀਓਂ ਨੇ ਹਮਲਾ ਕਰ ਦਿਆ। ਇਸ ਸੰਬੰਧ ਮੇ ਜਾਣਕਾਰੀ ਦੇਤੇ ਹੋਏ ਮੌਕੇ ਪਰ ਮੌਜੂਦ ਲੋਗੋਂ ਨੇ ਬਤਾਇਆ ਕਿ ਹਥਿਆਰੋਂ ਸੇ ਲੈਸ ਹੋਕਰ ਆਏ ਨਿਹੰਗ ਸਿੰਘ ਜਥੇਬੰਦੀਓਂ ਦੁਆਰਾ ਉਨਕੀ ਦੁਕਾਨੋਂ ਮੇ ਆਕਰ ਹਮਲਾ ਕਰਨਾ ਸ਼ੁਰੂ ਕਰ ਦਿਆ ਗਿਆ ਔਰ ਦੁਕਾਨ ਪਰ ਪੜਾ ਸਮਾਨ ਔਰ ਨਕਦੀ ਲੁੱਟ ਕਰ ਫਰਾਰ ਹੋ ਗਏ। ਵੀ ਉਨ੍ਹਾਂ ਕਿਹਾ ਕਿ ਉਨਕੀ ਮਾਰਕੀਟ ਮੇ ਸਿੱਖ ਭਾਈਚਾਰੇ ਕੀ ਦੁਕਾਨੇ ਵੀ ਹੈ ਲੇਕਿਨ ਉਨ੍ਹੇ ਕੁਛ ਨਹੀਂ ਕਿਹਾ ਗਿਆ, ਸਿਰਫ ਔਰ ਸਿਰਫ ਹਿੰਦੂਆਂ ਕੀ ਦੁਕਾਨੋਂ ਕੋ ਟਾਰਗੇਟ ਕੀਆ ਗਿਆ ਹੈ। ਉਹਨਾਂ ਨੇ ਭਾਗ ਕਰ ਆਪਣੀ ਜਾਨ ਬਚਾਈ ਤੋ ਵਹੀਂ ਇਹ ਸਾਰੀ ਘਟਨਾ CCTV ਕੈਮਰੇ ਮੇ ਕੈਦ ਹੋ ਗਈ। ਤੋ ਵਹੀਂ ਘਟਨਾ ਕੇ ਬਾਅਦ ਮੌਕੇ ਪਰ ਪਹੁੰਚੇ ਪੁਲਿਸ ਅਧਿਕਾਰੀ ਸੁਖਬੀਰ ਸਿੰਘ ਨੇ ਬਤਾਇਆ ਕਿ ਉਹਨੇ ਸੂਚਨਾ ਮਿਲੀ ਸੀ ਕਿ ਕੁਛ ਨਿਹੰਗ ਸਿੰਘੋਂ ਦੁਆਰਾ ਦੁਕਾਨਦਾਰ ਉੱਪਰ ਹਮਲਾ ਕੀਆ ਗਿਆ ਹੈ। ਵੇ ਮੌਕੇ ਪਰ ਪਹੁੰਚੇ ਹੈ ਔਰ CCTV ਕੈਮਰੇ ਚੈੱਕ ਕੀਏ ਜਾ ਰਹੇ ਹੈ। ਜਲਦ ਹੀ ਆਰੋਪੀਓਂ ਕੋ ਕਾਬੂ ਕਰ ਲਿਆ ਜਾਏਗਾ। ਉਹਨਾਂ ਕਿਹਾ ਕਿ ਕਿਸੇ ਕੋ ਵੀ ਕਾਨੂੰਨੋਂ ਕੀ ਉਲੰਘਨਾ ਕਰਨੇ ਕੀ ਇਜਾਜ਼ਤ ਨਹੀਂ ਦੀ ਜਾਏਗੀ। ਅੰਮ੍ਰਿਤਸਰ ਸੇ ਹਲਚਲ ਕੇ ਲਈ ਸੁਨੀਲ ਖੋਸਲਾ ਕੀ ਰਿਪੋਰਟ। ਮੇਰਾ ਨਾਮ ਹੈ ਜੀ ਅਮਨ ਵੋਰਾ, ਮੈਂ ਟਰਾਂਸਪੋਰਟ ਦਾ ਮਾਲਕ ਹਾਂ। ਵੋਰਾ ਟਰਾਂਸਪੋਰਟ ਮੇਰੀ ਘਿਓ ਮੰਡੀ ਚੌਂਕ 'ਚ ਵਾਲਮੀਕੀ ਮੰਦਰ ਮਾਰਕੀਟ ਦਾ ਮੈਂ ਕਿਰਾਏਦਾਰ ਹਾਂ।
ਠੀਕ ਹੈ ਜੀ। ਮੈਂ ਅੱਜ ਸ਼ਹੀਦਾਂ ਸਾਹਿਬ ਤੋਂ ਮੱਥਾ ਟੇਕਣ ਦੇ ਕੇ ਆਇਆ ਹੀ ਹਾਂ, ਜਸਟ ਆ ਕੇ ਮੈਂ ਆਪਣੀ ਦੁਕਾਨ 'ਤੇ ਚੜ੍ਹਨ ਲੱਗਾ ਵਾਂ, ਠੀਕ ਹੈ ਜੀ। ਅਤੇ ਨਾਲ ਹੀ ਕੁਝ ਨਿਹੰਗ ਸਿੰਘ ਜਥੇਬੰਦੀਆਂ 10 ਤੋਂ 15 ਬੰਦੇ ਆਏ ਨੇ, ਜਿਨ੍ਹਾਂ ਵਿੱਚ 3-4 ਬੰਦੇ ਬੱਚੇ ਛੋਟੇ ਛੋਟੇ ਆ, ਕੋਈ 15 ਸਾਲ ਦਾ, ਕੋਈ 16 ਸਾਲ ਦਾ, ਬਾਕੀ ਵੱਡੇ ਸੀਗੇ। ਅਤੇ ਐਂ ਲੱਗਦਾ ਪਿਆ ਸੀ ਕਿ ਜਿਤਨਾ ਉਹਨਾਂ ਨੇ ਮਤਲਬ ਕਿ ਕੋਈ ਅਟੈਕ ਐਸਾ ਕਰਨ ਆਏ ਆ ਕਿ ਜਿੱਥੋਂ ਪਿੱਛੋਂ ਕਿਸੇ ਨੇ ਫੋਰਸ ਕੀਤਾ ਹੋਵੇ ਕਿ ਜਾਓ ਇਹਨਾਂ ਨੂੰ ਹਿੰਦੂਆਂ ਨੂੰ ਵੱਢ ਦਿਉ, ਠੀਕ ਹੈ ਜੀ। ਮਤਲਬ ਕਿ ਸਾਡੇ ਕੋਲ CCTV ਕੈਮਰੇ ਦੀਆਂ ਫੋਟੋਆਂ ਵੀ ਆ ਗਈਆਂ ਨੇ, ਸਾਰੇ ਦੁਕਾਨਦਾਰਾਂ ਨੇ ਭੱਜ ਕੇ ਜਾਨ ਬਚਾਈ ਆ, ਠੀਕ ਹੈ ਜੀ। ਇਹ ਜਿਤਨਾ ਹੁੰਦਾ ਕਿ ਜਿਤਨਾ ਕਿਸੇ ਨੂੰ ਟਾਰਗੇਟ ਕੀਤਾ ਹੁੰਦਾ ਨਾ ਪਿੱਛੋਂ, ਉਹ ਸਿਸਟਮ ਦੇ ਹਿਸਾਬ ਨਾਲ ਸਾਰੀ ਫੋਰਸ ਆਈ ਆ ਅਤੇ ਪੂਰਾ ਲਲਕਾਰ ਕੇ ਗਏ ਆ ਕਿ ਆਪਣੀਆਂ ਦੁਕਾਨਾਂ ਬੰਦ ਕਰ ਦਿਉ ਨਹੀਂ ਤੁਹਾਨੂੰ ਵੱਢ ਦਾਂਗੇ। ਕਿੰਨੀਆਂ ਕੁ ਦੁਕਾਨਾਂ 'ਤੇ ਹਮਲਾ ਕੀਤਾ ਜੀ ਉਹਨਾਂ ਕੋਲ? ਭਾਅ ਜੀ ਵੇਖੋ ਜੀ, ਜਿੱਥੋਂ ਤੱਕ ਅਸੂਲ ਦੀ ਗੱਲ ਮੈਂ ਕਰਾਂ, ਸਹੀ ਸਪਸ਼ਟ ਸਿੱਧੇ ਗੱਲਾਂ ਦੇ ਹਿਸਾਬ ਨਾਲ, ਕਿ ਇੱਥੇ ਸਿੱਖਾਂ ਦੀ, ਸਿੱਖ ਭਾਈਚਾਰੇ ਦੀ ਵੀ ਦੁਕਾਨਾਂ ਨੇ 2-4, ਸਿੱਖਾਂ ਨੂੰ ਕੋਈ ਇਹਨਾਂ ਨੇ ਕੁਛ ਨਹੀਂ ਆਖਿਆ, ਸਿਰਫ ਹਿੰਦੂਆਂ ਨੂੰ ਟਾਰਗੇਟ ਕਰਨ ਆਏ ਨੇ, ਠੀਕ ਹੈ ਜੀ। ਸਾਡੇ ਹਿੰਦੂ ਪਰਿਵਾਰਾਂ ਨੂੰ ਪਏ ਨੇ, ਠੀਕ ਹੈ। ਸਾਡੇ ਨਾਲ ਮਲਿਕ ਹੇਅਰ ਸਲੂਨ ਵਾਲੇ ਨੇ, ਠੀਕ ਹੈ ਜੀ, ਮੰਦਰ ਦੇ ਕਿਰਾਏਦਾਰ ਨੇ। ਕਿਹੜੀਆਂ ਦੁਕਾਨਾਂ ਜਿਹੜੇ ਇਹਨਾਂ ਨੇ ਤੋੜਭੰਨ ਕੀਤੀ? ਇਹ ਦੇਖੋ ਜੀ, ਪਿੱਛੇ ਯਾਦਵ ਪਾਣ ਵਾਲਾ ਮੁੰਡਾ ਵਾ, ਉਹਨੂੰ ਇੱਥੋਂ ਤੱਕ ਕਿ ਉਹਦੀਆਂ ਚੱਪਲਾਂ ਚੁੱਕ ਕੇ ਲੈ ਗਏ ਨੇ। ਮਤਲਬ ਕਿ ਇਹਨਾਂ ਨੂੰ ਚੱਪਲਾਂ ਵੀ ਘੱਟ ਪੈ ਗਈਆਂ, ਚੱਪਲਾਂ ਤੁਹਾਨੂੰ ਚਾਹੀਦੀਆਂ, ਸਾਡੇ ਕੋਲ ਹੋਰ 2-4 ਲੈ ਜਾਓ, ਠੀਕ ਹੈ ਜੀ। ਚੱਪਲਾਂ ਵਿਚਾਰੇ ਗਰੀਬ ਆਦਮੀ ਨੇ ਚੁੱਕ ਕੇ ਲੈ ਗਏ ਨੇ। ਇੱਕ ਪਾਣ ਵਾਲੀ ਦੁਕਾਨ ਆ ਜੀ? ਹਾਂਜੀ, ਇੱਕ ਆਹ ਖੋਖਾ ਪਾਣ ਵਾਲਾ, ਉਹਨੂੰ ਵੀ ਕੀਤਾ ਜੀ। ਸਾਹਮਣੇ ਸੋਢੀ ਕੋਲਡ ਡਰਿੰਕ ਆ, ਜ਼ਬਰਦਸਤੀ 5-7 ਬੋਤਲਾਂ ਉਹਨੇ ਹਾਰ ਕੇ ਕਿਹਾ ਕਿ ਇਹ ਗਰਮ ਹੈਗੀਆਂ ਜੀ, ਠੰਡੀਆਂ ਲੈ ਲਾ, ਉਹਦੀ ਗੱਲ ਆ। ਉਹਨੂੰ ਧੱਕਾ ਮਾਰ ਕੇ ਕੋਲਡ ਡਰਿੰਕਾਂ ਉਹਦੇ ਫ੍ਰਿਜ 'ਚੋਂ ਕੱਢ ਕੇ ਲੈ ਗਏ ਨੇ, ਠੀਕ ਹੈ ਜੀ। ਫਿਰ ਇਹਨਾਂ ਦਾ ਵੇਖੋ, ਇਹਨਾਂ ਦੇ ਬੰਦੇ ਨੂੰ ਸੱਟ ਮਾਰ ਕੇ ਗਏ ਨੇ ਚੰਗੀ, ਇਹਨਾਂ ਦੇ ਕਸਟਮਰ ਨੂੰ ਕਹਿ ਕੇ ਗਏ ਨੇ ਤੂੰ ਕੇਸ ਰੱਖਣੇ ਸ਼ੁਰੂ ਕਰ ਦੇ। ਉਹ ਹਿੰਦੂ ਪਰਿਵਾਰ 'ਚੋਂ ਬਿਲੋਂਗ ਕਰਦਾ, ਉਹ ਕੇਸ ਕਿੱਥੋਂ ਰੱਖ ਲੂਗਾ ਜੀ, ਠੀਕ ਹੈ ਜੀ। ਫਿਰ ਉਹਨੂੰ ਡਾਂਗਾ ਮਾਰੀਆਂ ਜੀ, ਫਿਰ ਇਹਨਾਂ ਦੇ ਮੁੰਡੇ ਨੂੰ ਚੰਗੀ ਸੱਟ ਮਾਰੀ ਆ। ਇਹ ਵੇਖੋ, ਠੀਕ ਹੈ ਜੀ, ਪੂਰੀ ਮੈਂ ਕਹਿੰਦਾ ਭਾਅ ਜੀ, ਮੈਂ ਜਿੰਨੀ ਕੋ ਨਹੀਂ ਘਟਿਆ, ਮੰਗ ਇਹ ਕਰਦੇ ਇਹਨਾਂ ਦੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਅਗਰ ਸਵੇਰ ਤੱਕ ਇਹਨਾਂ ਦੀ ਅਰੈਸਟ ਨਹੀਂ ਪਈ ਤਾਂ ਘਿਓ ਮੰਡੀ ਚੌਂਕ ਕੱਲ੍ਹ ਬੰਦ ਕੀਤਾ ਜਾਊਗਾ, ਧਰਨਾ ਦਿੱਤਾ ਜਾਊਗਾ। ਪੁਲਿਸ ਰਿਪੋਰਟ ਕੀਤੀ ਗਈ ਹੈ ਜੀ? ਪੁਲਿਸ ਵਾਲੇ SHO ਸਾਹਿਬ ਆਏ ਸੀ, ਡਿਪਟੀ ਸਾਹਿਬ ਵੀ ਚੱਕਰ ਮਾਰ ਗਏ ਨੇ। 112 ਦੇ ਕੰਪਲੇਂਟ ਕਰਨ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚੀ ਆ। ਚਲੋ 5-10 ਮਿੰਟ ਲੇਟ ਪੁਲਿਸ ਵੀ ਹੋ ਗਈ ਆ, ਪਰ ਉਹਨਾਂ ਨੇ ਅਸਾਸ਼ਨ ਦਵਾਇਆ ਕਿ ਅਸੀਂ ਉਹਨਾਂ ਦੀ FIR ਦਰਜ ਕਰਕੇ ਸਖ਼ਤ ਤੋਂ ਸਖ਼ਤ ਕਾਰਵਾਈ ਕਰਾਂਗੇ। 10 ਵਜੇ ਤੱਕ ਸਖ਼ਤ ਤੋਂ ਸਖ਼ਤ ਕਾਰਵਾਈ ਨਹੀਂ ਹੋਈ ਤਾਂ ਕੱਲ੍ਹ ਘਿਓ ਮੰਡੀ ਚੌਂਕ ਜਾਮ, ਚੱਕਾ ਜਾਮ ਕੀਤਾ ਜਾਊਗਾ ਜੀ। ਇਹ ਹੁਣ ਇਤਲਾਹ ਮਿਲੀ ਸੀ ਜੀ, ਇੱਥੇ ਘਿਓ ਮੰਡੀ ਚੌਂਕ 'ਚ ਆਏ ਆ ਕੋਈ ਨਿੰਗਟਾਈ ਬੰਦੇ ਸੀਗੇ, ਉਹਨਾਂ ਨੇ ਆ ਕੇ ਇੱਥੇ ਖੜਬੱਸੀ ਕੀਤੀ ਆ, ਕੋਈ ਤੋੜਭੰਨ ਕਰਨ ਦੀ ਕੋਸ਼ਿਸ਼ ਕੀਤੀ ਆ। ਇਹ ਹੁਣ ਇੱਥੇ ਆ ਗਏ, ਬਾਕੀ ਇਹਨਾਂ ਦੇ ਬਿਆਨ ਕਲਮਬੱਧ ਕੀਤੇ ਜਾ ਰਹੇ ਆ, ਬਿਆਨ ਲਿਖ ਕੇ ਜਿਹੜੀ ਗੱਲ ਉਹ ਵੀ ਦੇਖਦੇ ਹਾਂ ਜੀ, ਉਹ ਵੀ ਦੇਖਦੇ ਹਾਂ ਸਾਰਾ। ਹਾਂਜੀ, ਸਖ਼ਤ ਤੋਂ ਸਖ਼ਤ ਕਾਰਵਾਈ ਕਰਾਂਗੇ, ਸਖ਼ਤ ਤੋਂ ਸਖ਼ਤ ਮੁਕੱਦਮੇ ਦਰਜ ਕੀਤੇ ਜਾ ਰਹੇ ਆ। ਲੁਧਿਆਣਾ ਮੇਂ ਇੱਕ ਵਿਅਕਤੀ ਨੇ ਥਾਣਾ ਮੇਂ ਘੁਸਕਰ ਪੁਲਿਸ ਪਰ ਹਮਲਾ ਕਰ ਦਿਆ, ਜਿਸ ਕਾ ਵੀਡੀਓ ਮੋਤੀ ਨਗਰ ਥਾਣਾ ਸੇ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਕੇ ਮੁਤਾਬਿਕ ਮੋਤੀ ਨਗਰ ਥਾਣਾ ਮੇਂ ਦੇਰ ਰਾਤ ਇੱਕ ਵਿਅਕਤੀ ਨੇ ਥਾਣਾ ਮੇਂ ਬੈਠੇ ਪੁਲਿਸ ਕਰਮਚਾਰੀ ਉੱਪਰ ਤਲਵਾਰ ਸੇ ਹਮਲਾ ਕਰ ਦਿਆ। ਇਸ ਦੌਰਾਨ ਹਾਲਾਤ ਐਸੇ ਹੋ ਗਏ ਥੇ ਕਿ ਕਰਮਚਾਰੀਓ ਕੋ ਆਪਣੀ ਜਾਨ ਬਚਾਨੇ ਕੇ ਲੀਏ ਇਧਰ ਉਧਰ ਭਾਗਨਾ ਪੜਾ। ਆਖਿਰਕਾਰ ਕਿਸੀ ਤਰ੍ਹਾਂ ਉਕਤ ਵਿਅਕਤੀ ਪਰ ਕਾਬੂ ਪਾਇਆ ਗਿਆ। ਬਤਾਇਆ ਜਾ ਰਿਹਾ ਹੈ ਕਿ ਉਕਤ ਵਿਅਕਤੀ ਮਾਨਸਿਕ ਰੂਪ ਸੇ ਬਿਮਾਰ ਹੈ, ਤੋ ਵਹੀਂ ਇਸ ਘਟਨਾ ਨੇ ਪੁਲਿਸ ਸਟੇਸ਼ਨੋਂ ਕੀ ਸੁਰੱਖਿਆ ਪਰ ਸਵਾਲੀਆ ਨਿਸ਼ਾਨ ਖੜਾ ਕਰ ਦਿਆ ਹੈ। ਇਸ ਹਮਲੇ ਮੇਂ ਦੋ ਪੁਲਿਸ ਕਰਮਚਾਰੀ ਘਾਇਲ ਹੋ ਗਏ ਔਰ ਹਮਲਾਵਰ ਵੀ ਘਾਇਲ ਹੋ ਗਿਆ। ਵਹੀਂ ਪੁਲਿਸ ਕਰਮਚਾਰੀ ਨੂੰ ਉਸੇ ਇਲਾਜ ਕੇ ਲੀਏ ਨਜ਼ਦੀਕੀ ਹਸਪਤਾਲ ਮੇਂ ਭਰਤੀ ਕਰਵਾਇਆ ਹੈ। ਇਹ ਐਤਵਾਰ ਦੀ ਸ਼ਾਮ ਨੂੰ ਟਰਾਂਸਪੋਰਟ ਨਗਰ ਤੋਂ ਇੱਕ ਸ਼ੱਕੀ ਬੰਦਾ ਲੈ ਕੇ ਆਏ ਸੀਗੇ, ਅਤੇ ਜੋ ਮੈਂਟਲੀ ਤੌਰ 'ਤੇ ਡਿਸਟਰਬ ਸੀਗਾ, ਜਿਹਨੇ ਅਨੁਸਾਰ ਇੱਥੇ ਹੱਲਾ ਗੁੱਲਾ ਕਾਫੀ ਕੀਤਾ, ਅਤੇ ਜਿਸ ਨੂੰ ਬਾਅਦ ਵਿੱਚ ਕਾਬੂ ਕੀਤਾ ਗਿਆ। ਕਾਬੂ ਕਰਕੇ ਉਹਦਾ ਨਾਮ ਪਤਾ ਪੁੱਛਣ ਦੀ ਕੋਸ਼ਿਸ਼ ਕੀਤੀ ਗਈ, ਪਰੰਤੂ ਉਹ ਬੰਦਾ ਡਿਸਟਰਬ ਹੋਣ ਕਰਕੇ ਨਾ ਤਾਂ ਕੋਈ ਨਾਮ ਪਤਾ ਦੱਸ ਸਕਿਆ ਸੀਗਾ, ਅਤੇ ਨਾ ਹੀ ਉਹਦੇ ਬਾਰੇ ਕੁਝ ਕਲੀਅਰ ਹੋ ਸਕਿਆ। ਜਿਹੜੇ ਨੂੰ ਬਾਅਦ ਵਿੱਚ ਦਵਾਈ ਲੈ ਲਈ ਬਾਹਰ ਹਸਪਤਾਲ ਭੇਜਤਾ ਗਿਆ,
ਨਹੀਂ ਇਹੋ ਜਿਹੀ ਕੋਈ ਗੱਲ ਨਹੀਂ, ਉਹਨੂੰ ਕਾਬੂ ਕਰ ਲਿਆ ਸੀਗਾ। ਇਹ ਐਤਵਾਰ ਸ਼ਾਮ ਦੀ ਘਟਨਾ ਹੈ। ਤੇ ਫਿਲਹਾਲ ਸਰ ਉਸ ਜਿਹੜਾ ਦਿਮਾਗੀ ਤੌਰ ਪਰੇਸ਼ਾਨ ਬੰਦਾ ਸੀ ਉਹਦਾ ਸਰ ਕੀਤਾ ਕੀ ਆ ਹੁਣ, ਕੋਈ ਉਹਨੂੰ ਦਾਖਲ ਕਰਾਇਆ ਕਿਤੇ ਜਾਂ ਕੋਈ ਪਰਚਾ ਕੀਤਾ ਕੀ ਕਰ ਰਹੇ? ਨਹੀਂ ਉਹਨੂੰ ਹਸਪਤਾਲ ਦਾਖਲ ਲਈ ਭੇਜਤਾ ਜੀ ਦਾ, ਕਿਉਂਕਿ ਉਹ ਮੈਂਟਲੀ ਤਾਂ ਉਹਦੇ ਡਿਸਟਰਬ ਸੀ ਬੰਦਾ, ਕੋਈ ਗੱਲ ਕਲੀਅਰ ਨਹੀਂ ਸੀ ਹੋ ਰਹੀ ਉਹ ਤੋਂ, ਇਸ ਲਈ ਅਸੀਂ ਕੋਈ ਕਾਰਵਾਈ ਨਹੀਂ ਬਣਦੀ ਸੀ, ਐਜ਼ ਏ ਹਿਊਮਨ ਬੀਂਗ ਇਸ ਨੂੰ ਭੇਜਤਾ ਜੀ। ਹੁਸ਼ਿਆਰਪੁਰ ਮੇਂ ਚੋਰੀ ਕੀ ਵਾਰਦਾਤੇ ਦਿਨ ਪ੍ਰਤੀ ਦਿਨ ਵੱਧਦੀ ਜਾ ਰਹੀ ਹੈ, ਜਿਸ ਕਾਰਨ ਸ਼ਹਿਰ ਮੇਂ ਖੌਫ ਕਾ ਮਾਹੌਲ ਹੈ। तो वहीं फतेहगढ़ मोहल्ला में मोहल्ला निवासियों ने एक चोर को काबू कर लिया। मोहल्ला वासियों का कहना था कि पकड़े गए चोर के साथ एक और साथी था जो भागने में कामयाब हो गया। वहीं उन्होंने बताया कि मोहल्ला में फ्लैक्स बोर्ड का काम चलता है और फ्लैक्सों के जो लोहे की फ्रेम होते हैं वे घरों के बाहर पड़े रहते हैं और इन चोरों की ओर से आए दिन इन लोहे की फ्रेमों को चोरी कर लिया जाता था। लेकिन आज मोहल्ला वासियों ने मिलकर एक चोर को काबू कर लिया और पुलिस के हवाले कर दिया। इस मौके पर पुलिस जांच अधिकारी ने कहा कि आरोपी पर बनती कार्रवाई की जा रही है। भाजी की नाम है? भाजी मेरा नाम जगजीत सिंह बत्रा फ्लैक्स प्रिंटिंग हुशियारपुर तो। केड़ा मल्ला है? ये है भाजी गोविंद नगर 3 नंबर गली राम शरण इनक्लेव दे विच पैंदा जी। अच्छा कित्ते स्टोर करया है, की चोरी का सर? ये सिगे दो चोर, इन्हां नू आपां 1.5 किलोमीटर तो दूरी तो फड़िया जी। इन्हां दे फ्रेम साडे मेरे इत्थे 40-45 फ्रेम पए सिगे। ਇਹ ਦਿਨ ਪਰ ਦਿਨ ਨਾ ਰੋਜ਼ ਫਰੇਮ ਘਟਦੇ ਜਾਂਦੇ ਸੀਗੇ। ਕੱਲ੍ਹ ਵੀ ਇਹਨਾਂ ਨੇ ਇੱਥੋਂ ਮੋਟਰ ਦੀ ਚੋਰੀ ਹੋਈ ਸਾਡੇ ਮੁਹੱਲੇ 'ਚੋਂ ਹੀ, ਉਹ ਵੀ ਬੰਦੇ ਨਹੀਂ ਫੜ ਹੋਏ, ਇਹੀ ਬੰਦੇ ਸੀਗੇ। ਇਹਨਾਂ ਦੀ ਵੀਡੀਓ ਵੀ ਇਹਨਾਂ ਦੇ ਕੋਲ ਹੈਗੀ ਆ ਬੰਦਿਆਂ ਕੋਲ, ਪਲੱਸ ਮੇਰੇ ਫਰੇਮ ਸਰ। ਅੱਜ ਮੈਂ ਮਤਲਬ ਮੌਕੇ 'ਤੇ ਬੰਦਾ ਫੜਿਆ, ਇੱਕ ਬੰਦਾ ਦੌੜ ਗਿਆ, ਜੀਤਾ ਜੀਤਾ ਨਾਮ ਦਾ ਬੰਦਾ ਦੱਸਦੇ ਆ ਰਵਿਦਾਸ ਨਗਰ ਦਾ, ਇੱਕ ਕਾਲਾ ਬੰਦਾ ਫੜ ਲਿਆ ਆ, ਇਹ ਵੀ ਫਰੇਮ ਮਤਲਬ ਕਹਿ ਲਓ ਚੋਰੀ ਕਰਦੇ। ਦੂਜਾ ਬੰਦਾ ਦੌੜ ਗਿਆ ਜੀ ਮੋਟਰਸਾਈਕਲ ਤੋਂ, ਇਹ ਡਿੱਗ ਗਿਆ ਸੀਗਾ, ਇਹਨੂੰ ਮੌਕੇ 'ਤੇ ਰੰਗੀ ਹੱਥੀ ਫੜਿਆ ਜੀ। ਕਿਸ ਚੀਜ਼ ਦਾ ਫਰੇਮ ਸਰ? ਇਹ ਸਰ ਫਲੈਕਸਾ ਫਲੁਕਸਾ ਦਾ ਕੰਮ ਆ ਮੇਰਾ, ਜਿੱਦਾਂ ਹੋਲਡਿੰਗ ਵਗੈਰਾ ਲੱਗਦੀਆਂ ਉਹਨਾਂ ਦਾ ਬੋਰਡ ਬੂਰਡ ਦਾ ਕੰਮ ਆ। ਸਰ ਅੱਗੇ ਇਹ ਨਹੀਂ ਬੰਦੇ ਸੀ, ਉਹ ਹੋਰ ਬੰਦੇ ਸੀ, ਉਹ ਦੌੜ ਗਏ ਸੀਗੇ। ਪਹਿਲੇ ਵੀ ਫਰੇਮ ਫੜਦੇ ਆਪਾਂ ਮਤਲਬ ਬੰਦੇ ਫੜੇ ਸੀਗੇ, ਅੱਜ ਤੋਂ 6 ਮਹੀਨੇ ਪਹਿਲਾਂ ਦੀ ਰਿਕਾਰਡਿੰਗ ਹੈਗੀ ਆਪਣੇ ਕੋਲ। ਕਿੰਨਾ ਕੁ ਨੁਕਸਾਨ ਹੋਇਆ ਸਰ? ਨੁਕਸਾਨ ਮੇਰਾ 25,000-30,000 ਦੇ ਫਰੇਮ ਇੱਥੋਂ ਗੈਪ ਆ, ਹੁਣ ਇਹ ਦੋ ਫਰੇਮ ਸਿਰਫ ਮੌਕੇ 'ਤੇ ਆਪਾਂ ਫੜੇ ਆ ਜੀ। ਸਰ ਪ੍ਰਸ਼ਾਸਨ ਨੂੰ ਇਹੀ ਮੰਗ ਹੈ, ਜਿਹੜੀਆਂ ਚੋਰੀਆਂ ਦਿਨ ਪ੍ਰਤੀ ਦਿਨ ਵੱਧਦੀਆਂ ਜਾਂਦੀਆਂ, ਇਹਨਾਂ ਨੂੰ ਠੱਲ ਪਾਈ ਜਾਵੇ ਜੀ। ਸਰ ਮੈਨੂੰ ਪਬਲਿਕ ਦਾ ਫੋਨ ਆਇਆ ਸੀ ਵੀ ਇਹਨਾਂ ਦੇ ਜਿਹੜੇ ਫਲੈਕਸ ਤੇ ਜਿਹੜੇ ਹੈਗੇ ਆ ਫਰੇਮ, ਉਹ ਪਹਿਲਾਂ ਵੀ ਚੋਰੀ ਹੋਏ ਸੀ ਤੇ ਅੱਜ ਵੀ ਕੋਈ ਚੋਰੀ ਕਰ ਰਿਹਾ ਸੀਗਾ। ਮੌਕੇ ਤੇ ਇੱਕ ਬੰਦਾ ਫੜ ਲਿਆ, ਜਿਹੜਾ ਦੂਸਰਾ ਬੰਦਾ ਉਹ ਭੱਜ ਗਿਆ। ਜਦ ਮੈਨੂੰ ਇਨਫੋਰਮੇਸ਼ਨ ਮਿਲੀ ਤੇ ਮੈਂ 2-2.5 ਮਿੰਟ ਦੇ ਵਿੱਚ ਇੱਥੇ ਜਿਹੜਾ ਪਹੁੰਚ ਗਿਆ, ਬੰਦਾ ਅਸੀਂ ਕਾਬੂ ਕਰ ਲਿਆ। ਸੁਰਜੀਤ ਸਿੰਘ ਇਹਦਾ ਨਾਂ ਆ ਤੇ ਰਹਿਣ ਵਾਲਾ ਹੈਗਾ ਏ ਰਵਿਦਾਸ ਨਗਰ ਦਾ। ਮੇਬੀ ਹੋ ਸਕਦਾ ਇਹਨੇ ਹੋਰ ਵੀ ਚੋਰੀਆਂ ਕੀਤੀਆਂ ਹੁਣ, ਆਪਾਂ ਥਾਣੇ ਲੈ ਕੇ ਇੱਥੇ ਜੋ ਕਾਨੂੰਨੀ ਕਾਰਵਾਈ ਬਣਦੀ ਆ ਉਹ ਕਰਦੇ ਹਾਂ। ਇਹਦਾ ਲਿੰਕ ਦੇਖਦੇ ਵੀ ਇਹਦਾ ਜਿਹੜਾ ਨਾਲ ਦਾ ਵਿਅਕਤੀ ਸੀ ਉਹਦਾ ਨਾਂ ਲੈ ਰਿਹਾ, ਉਹਨੂੰ ਵੀ ਫੜ ਕੇ ਆਪਾਂ ਥਾਣੇ ਸਿੱਟੀ ਦੇਣੇ ਤੇ ਜੋ ਕਾਨੂੰਨ ਮੁਤਾਬਕ ਇਹਨਾਂ 'ਤੇ ਕਾਰਵਾਈ ਬਣਦੀ ਉਹ ਕਰਾਂਗੇ। ਕਿੱਦਾਂ ਦੇਖਦੇ ਹੋ ਕਿ ਦਿਨ ਦਿਹਾੜੇ ਸਵੇਰ ਦਾ ਜੇ 9 ਵਜੇ ਦਾ ਟਾਈਮ ਹੈ? ਹਾਂਜੀ ਹੌਸਲੇ ਬੁਲੰਦ ਨੇ ਹੌਸਲੇ ਸਰ। ਇਸ ਤਰ੍ਹਾਂ ਦੇਖੋ ਇਹ ਮੈਨੂੰ ਅਮਲੀ ਜਿਹਾ ਬੰਦਾ ਲੱਗਦਾ ਹੈ, ਇਹੋ ਜਿਹੀਆਂ ਚੋਰੀਆਂ ਕਰਕੇ ਵੇਚ ਕੇ ਆਪਣੇ ਨਸ਼ੇ ਦੀ ਜਿਹੜੀ ਇਹ ਪੂਰਤੀ ਕਰਦੇ ਆ, ਜੋ ਮੈਨੂੰ ਮਹਿਸੂਸ ਹੋ ਰਿਹਾ ਇਹਨੂੰ ਦੇਖ ਕੇ ਲੱਗਦਾ। ਬਾਕੀ ਗਰਮੀ ਦਾ ਮੌਸਮ ਹੋਣ ਕਰਕੇ ਹਰ ਵਿਅਕਤੀ ਜਿਹੜਾ ਏਸੀ ਲਾ ਕੇ ਆਪਣੇ ਘਰ ਦੇ ਪੱਖੇ ਚਲਾ ਕੇ ਆਰਾਮ ਨਾਲ ਏਸੀ 'ਚ ਬੈਠਾ ਹੁੰਦਾ, ਲੋਕ ਬਾਹਰ ਨਹੀਂ ਨਿਕਲਦੇ, ਉਸ ਚੀਜ਼ ਦਾ ਫਾਇਦਾ ਲੈਂਦੇ ਆ। ਅਤੇ ਕੋਈ ਨਹੀਂ ਹੁਣ ਫੜਿਆ ਗਿਆ, ਇਹ 'ਤੇ ਜੋ ਕਾਨੂੰਨੀ ਕਾਰਵਾਈ ਬਣਦੀ ਆਪਾਂ ਕਰਦੇ ਹਾਂ। ਤਾਂ ਮੈਂ ਪਬਲਿਕ ਨੂੰ ਵੀ ਤੁਹਾਡੇ ਮਾਧਿਅਮ ਰਾਹੀਂ ਇੱਕ ਮੈਸੇਜ ਦੇਣਾ ਚਾਹੁੰਦਾ ਵੀ ਤੁਸੀਂ ਪਲੀਜ਼ ਬਾਹਰ ਨਿਕਲ ਕੇ ਵੀ ਥੋੜ੍ਹਾ ਆਪਣਾ ਘਰ ਦੇ ਬਾਹਰ ਦੇਖਿਆ ਕਰੋ, ਘੁੰਮ ਕੇ ਦੇਖਿਆ ਕਰੋ। ਇਹੋ ਜਿਹਾ ਕੋਈ ਸ਼ੱਕੀ ਵਿਅਕਤੀ ਮਿਲਦਾ ਤਾਂ ਉਹਦੀ ਤੁਰੰਤ ਸੂਚਨਾ ਜਿਹੜੀ ਹੈ ਇੰਚਾਰਜ PCR ਨੂੰ ਦਿਓ, ਕੰਟਰੋਲ ਰੂਮ 'ਤੇ ਦਿਓ, ਤਾਂ ਜੋ ਆਪਾਂ ਇਹਨਾਂ 'ਤੇ ਜੋ ਫੜ ਕੇ ਇਹਨਾਂ ਨੂੰ ਕਾਨੂੰਨੀ ਕਾਰਵਾਈ ਇਹਨਾਂ 'ਤੇ ਕਰ ਸਕੀਏ। ਪ੍ਰਸਿੱਧ ਧਾਰਮਿਕ ਭਜਨ ਗਾਇਕਾ ਲੀਜ਼ਾ ਡਾਬਰ ਕੀ ਨਈ ਧਾਰਮਿਕ ਐਲਬਮ
ਹੁਣ ਤੇ ਮਾਈ ਆਸ਼ਾ ਕਾ ਵਿਮੋਚਨ ਹੋ ਗਿਆ ਹੈ। ਇਸ ਮੌਕੇ ਪਰ ਭਜਨ ਗਾਇਕਾ ਲੀਜ਼ਾ ਡਬਰ ਦੈਨਿਕ ਸਵੇਰਾ ਕੇ ਮੁੱਖ ਕਾਰਿਆਲਯ ਸਵੇਰਾ ਭਵਨ ਜਲੰਧਰ ਮੇਂ ਪਹੁੰਚੀ, ਜਹਾਂ ਪਰ ਉਨ੍ਹੋਂਨੇ ਦੈਨਿਕ ਸਵੇਰਾ ਕੀ ਮੁੱਖ ਸੰਪਾਦਕ ਸ਼ੀਤਲ ਵਿੱਚ ਸੇ ਮੁਲਾਕਾਤ ਕਰ ਇਸ ਥਾਰਪੀ ਕੈਸਟ ਕੇ ਪੋਸਟਰ ਕੋ ਰਿਲੀਜ਼ ਕਰਵਾਇਆ। ਇਸ ਅਵਸਰ ਪਰ ਸ਼੍ਰੀ ਵਿੱਚ ਨੇ ਲੀਜ਼ਾ ਡਬਰ ਕੋ ਉਨਕੀ ਇਸ ਧਾਰਮਿਕ ਐਲਬਮ ਕੀ ਕਾਮਯਾਬੀ ਕੇ ਲਈ ਸ਼ੁਭਕਾਮਨਾਏ ਵੀ ਦੀ। ਜਲੰਧਰ ਸੇ ਹਲਚਲ ਕੇ ਲਈ ਕੈਮਰਾਮੈਨ ਪਵਨ ਕਨੋਸ਼ੀਆ ਕੀ ਰਿਪੋਰਟ। जय माता दी, मैं लीजा डाबर आप सबके सामने अपनी नई आ रही भेंट को लेकर आ रही हूँ, और जो रिलीज़ हो चुकी है सभी म्यूज़िक चैनल्स पर, यूट्यूब पर, आप वहाँ जाके वीडियो देखिए, वीडियो सुनिए, इस भेंट को अपना खूब आशीर्वाद और प्यार दीजिए। यही कहूँगी कि जब से मेरी पहचान मेरी माँ से हो गई है, हर किसी की दुआ मेरे हक में हो गई है। जय माता दी। दैनिक सवेरा के वरिष्ठ पत्रकार कुश चावला की माता श्रीमती शशि चावला का गत दिवस लंबी बीमारी के कारण निधन हो गया, जिनका अंतिम संस्कार जालंधर के मकसूदा स्थित शमशान घाट में किया गया। इस दौरान स्वर्गीय शशि चावला को मुखाग्नि उनके बड़े बेटे लव चावला ने दी। इस मौके पर कैबिनेट मंत्री पंजाब अमन अरोड़ा, विधायक रमन अरोड़ा, पूर्व विधायक रजिंदर बेरी, पूर्व विधायक के डी भंडारी, आम आदमी पार्टी के युवा नेता रुबिन सांपला, भाजपा नेता राजीव दुग्गल, श्री देवी तलब मंदिर के सीनियर उप प्रधान ललित गुप्ता, पूर्व पार्षद दीपक शारदा, सुनील नैयर, गुरु मोहन सिंह पसरीचा, समाज सेवक रवि कुमार, पवन कुमार पम्मा, राजू शर्मा, लकी शर्मा, दीपक कंबोज, रमन शर्मा, हुकम सिंह बिट्टू, अशोक सितारा, अशोक शीतल, राकेश शर्मा, वेद पुष्करण, आशु शर्मा, अनु सचदेवा, पवन मेहता, डॉक्टर आर एल वसन, परसराम प्रभाकर, सनी धीर, हरिकांत झा, बलदीप आनंद, नवीन शर्मा, मास्टर अरुण मदान, वीना शर्मा, अर्जुन मल्होत्रा, प्रदीप पुजारी, हरदीप सिंह, धर्मेंद्र तिवारी, गौरव शर्मा, अश्विनी शर्मा, दविंदर साहनी, राजू डाबर, टोनी मरवाहा, अनिल कुमार, अनिल चड्डा, मास्टर वरुण मदान, पूर्व पार्षद रीटा शर्मा, नीरू अरोड़ा, गुरमीत सिंह बिट्टू, पूर्व पार्षद पवन गुप्ता, रंजीत आर्य, दीपक सूरी, प्रमोद बांसल, अमित सहगल, विक्रम कौशल, सनी विच, बब्बी चड्डा, सुरजीत सिंह, नीला, गुरदत्त शिंगारी, आशीष सहगल, रविंद्र सिंह स्वीटी, सुरजीत सिंह, नीलम महल, संजय कोछड़, जॉय मलिक, सुभाष ढल, आशु ढल, रमित दत्ता, बंटी अरोड़ा, मोहिंद्र प्रभाकर, अशोक शर्मा, पूर्व मेयर जगदीश राज राजा, ज्वली बेदी, हेमराज कुमार, पवन मेहता सहित शहर के राजनीतिक, धार्मिक व सामाजिक वर्ग से जुड़े लोगों ने पहुंचकर स्वर्गीय शशि चावला को नम आंखों से अंतिम विदाई दी।
और अब अंत में हलचल की गतिविधियों पर एक नज़र फिर से। फिलौर नवाशहर मार्ग पर गांव लसाड़ा के नजदीक टिप्पर और इनोवा कार में हुई भीषण टक्कर, एक की हालत गंभीर, छह घायल। होशियारपुर पुलिस ने ज्वेलरी शॉप में हुई चोरी को 12 घंटों में सुलझाया, तीन आरोपियों को किया गिरफ्तार। फिरोजपुर पुलिस ने लूटपाट करने वाले तीन आरोपियों को किया काबू, 19 मोबाइल फोन किए बरामद। इसके साथ ही अब तक की गतिविधियां समाप्त होती हैं और ताज़ा जानकारी के लिए देखते रहिए हलचल।